ਕਿਰਨ ਦੀ ਚਾਹ ਚ ਮੱਖੀ ਗਿਰ ਗਈ ਸੀ ਦੁੱਧ ਚ, ਛਾਣ ਕੇ ਦੇ ਦੋ ਵੀਰਾ ਕਹਿੰਦਾ। ਆਦਤ ਦੀ ਤਾਈ ਜੀ ਨੇ ਬਹੁਤ ਮਿਹਨਤ ਕੀਤੀ, ਬਹੁਤ ਕੰਮ ਕੀਤਾ। ਸਲੂਟ ਹੈ ਮੇਰੀ ਭਾਬੀ ਨੂੰ। ਇਸ ਖੁਸ਼ੀ ਦੇ ਵਿੱਚ ਆਪਾਂ ਅੱਜ ਭਾਬੀ ਨੂੰ ਕੁਛ ਸੂਟ ਦਿਵਾਉਣ ਚੱਲੇ ਆ। ਵੀ ਫਿਰ ਭਾਬੀ ਬਲੱਸ ਕਰਦੀ, ਖੁਸ਼ ਹੋ? ਘੈਂਟ ਸੀ ਸੂਟ, ਖਾਸ ਕਰਕੇ ਮੇਰੀ ਭਰਜਾਈ ਨੇ ਬਹੁਤ ਮਿਹਨਤ ਕੀਤੀ। ਤੇ ਤੁਸੀਂ ਭਰ ਭਰ ਕੇ ਕਮੈਂਟਾਂ ਵਿੱਚ ਵੀ ਲਿਖਿਆ ਕਿ ਇਬਾਦਤ ਦੀ ਤਾਈ ਜੀ ਨੇ ਬਹੁਤ ਮਿਹਨਤ ਕੀਤੀ, ਬਹੁਤ ਕੰਮ ਕੀਤਾ। ਸਲੂਟ ਹੈ ਮੇਰੀ ਭਾਬੀ ਨੂੰ। ਇਸ ਖੁਸ਼ੀ ਦੇ ਵਿੱਚ ਆਪਾਂ ਅੱਜ ਭਾਬੀ ਨੂੰ ਕੁਛ ਸੂਟ ਦਿਵਾਉਣ ਚੱਲੇ ਆ। ਭਾਬੀ ਨੇ ਬਹੁਤ ਵਧੀਆ ਕੰਮ ਕੀਤਾ। ਚਲੋ ਆਪਾਂ ਚੱਲਦੇ ਹਾਂ ਪਹਿਲਾਂ ਪਟਿਆਲੇ, ਕਿਉਂਕਿ ਕੁਛ ਸੂਟ ਚੱਕਣੇ ਸੀ ਤੇ ਭਾਬੀ ਨੇ ਵੀ ਕੁਛ ਲੈਣੇ ਸੀ, ਤੇ ਹੁਣ ਆਪਾਂ ਚੱਲੀਏ ਪਟਿਆਲੇ ਤੇ ਤੁਹਾਨੂੰ ਮਿਲਦੇ ਹਾਂ ਪਟਿਆਲੇ ਤੇ। ਪਰ ਇਹਦਾ ਆਪਣਾ ਕਿੱਥੇ ਜਾਣਾ? ਆਪਾਂ ਫਸਟ ਕਰਾਈ, ਫਸਟ ਕਰਾਈ ਤੇ ਜਾਣਾ ਇਬਾਦਤ ਵਾਸਤੇ ਵੀ ਕੁਛ ਲੈਣ ਵਾਸਤੇ। ਪਹਿਲਾਂ ਪਹੁੰਚਿਆ ਜੀ ਫਸਟ ਕਰਾਈ ਪਟਿਆਲੇ ਦੇ ਵਿੱਚ, ਸ਼ੁਕਰੇ ਮਿਲ ਗਿਆ ਆਪਾਂ ਨੂੰ, ਅਵੇਲੇਬਲ ਹੈਗਾ ਸੀ। ਤੇ ਹੁਣ ਇੱਥੇ ਆਪਾਂ ਇਬਾਦਤ ਦਾ ਸਮਾਨ ਖਰੀਦਾਂਗੇ ਪਹਿਲਾਂ, ਫਿਰ ਤਾਈ ਤੇ ਉਹਦੀ ਮੰਮੀ ਵਾਸਤੇ ਕੁਛ ਲੈਣ ਜਾਵਾਂਗੇ। ਫਸਟ ਕਿਰਾਏ 'ਤੇ ਤਾਂ ਪਹੁੰਚ ਗਿਆ, ਪਰ ਪਹੁੰਚ ਕੇ ਇਬਾਦਤ ਸਾਡੀ ਨੇ ਦੁੱਧੂ ਵਾਸਤੇ ਪੁਰਜ਼ੋਰ ਅਪੀਲ ਕੀਤੀ ਆਪਣੀ ਮੰਮੀ ਨੂੰ ਕਿ ਸਾਨੂੰ ਦੁੱਧ ਪਿਲਾਇਆ ਜਾਵੇ। ਅਤੇ ਅਸੀਂ ਹੁਣ ਬੈਠੇ ਹਾਂ, ਵੇਟ ਕਰ ਰਹੇ ਹਾਂ। ਇਹ ਜਦੋਂ ਬਰਪਿੰਗ ਕਰਾ ਰਹੇ ਨੂੰ, ਜਦੋਂ ਕਰੇਗੀ ਉਸ ਤੋਂ ਬਾਅਦ ਫਿਰ ਨਿਕਲ ਕੇ ਜਾਣਾ। ਨਾ ਕਰ ਲਏ, ਮੈਂ ਮੇਰਾ ਜ਼ੋਰ ਲੱਗਦਾ ਹੁੰਦਾ ਨਾ, ਮੈਂ ਤਾਂ ਆਪ ਹੀ ਰੋਜ਼ ਬਟਕਾਰ ਮਾਰਦਾ ਕਰਦਾ ਇਹਦੀ ਥਾਂ 'ਤੇ। ਹਾਂ, ਕਿਸੇ ਕੰਨ ਨੂੰ ਵਿਚਾਰੀ ਨੂੰ ਔਖਾ ਫਿਰਨਾ। ਚਲੋ ਵੀ ਯਾਰ, ਨਿਕਲਦੇ ਹੁਣ। ਇੱਧਰ ਜੀ ਗੱਡੀਆਂ ਗੁੱਡੀਆਂ ਖੜੀਆਂ ਨੇ, ਵੱਡੀ ਹੋ ਕੇ ਇਹਨੇ ਗੱਡੀਆਂ ਮੰਗਣੀਆਂ ਨੇ। ਆਹ ਇਲੈਕਟ੍ਰੋਨਿਕ ਝੂਟਾ, ਇਹ ਵਧੀਆ ਸੀ ਵੈਸੇ, ਇਹ ਲੈਣਾ ਚਾਹੀਦਾ ਸੀ ਉਸ ਟਾਈਮ। ਹੁਣ ਤਾਂ ਚਲੋ ਹੋ ਗਈ ਵੱਡੀ, ਇਹਦੇ ਨਾਲ ਕੀ ਹੈ ਕਿ ਆਰਾਮ, ਇਹ ਆਪਣੇ ਆਪ ਝੂਟੇ ਦਿੰਦਾ ਰਹਿੰਦਾ, ਬੱਚੇ ਨੂੰ ਗੋਦੀ ਦੀ ਆਦਤ ਨਹੀਂ ਪੈਂਦੀ। ਇਹ ਵਧੀਆ ਚੀਜ਼ ਵੈਸੇ, ਵਧੀਆ ਇਹ ਵੀ ਵੈਸੇ ਇਲੈਕਟ੍ਰੋਨਿਕ ਹੈ, ਇਹ ਵੀ ਕੰਮ ਆਉਣ ਵਾਲੀ ਚੀਜ਼ਾਂ ਨੇ। ਇਹਦੀ ਕਾਰਾਂ ਕੂਰਾਂ ਖੜੀਆਂ ਛੋਟੀਆਂ ਛੋਟੀਆਂ, ਇਹਦਾ ਪ੍ਰਾਈਸ ਨਹੀਂ ਲਿਖੇ ਹੋਏ ਬੇਬੀ। ਆ ਗੱਡੀਆਂ ਗੁੱਡੀਆਂ ਸਟੋਲਰ, ਗਰਮੀ ਦੇ ਵਿੱਚ ਆਰਾਮ ਨਾਲ ਝੂਲਦੀ ਰਹੂਗੀ ਬੇਟੀ, ਚੀਜ਼ ਤਾਂ ਠੀਕ ਹੈ। ਦੁਪੱਟਾ ਕਹਿੰਦੇ ਔਰਗੈਂਜ਼ਾ ਦਾ ਹੋ ਜਾਏਗਾ। ਜਿਹੜਾ ਪਿੰਕ ਵਾਲੇ ਉਹਨਾਂ ਨੇ ਦੁਪੱਟੇ ਲਾਤੇ ਚਨੌਨ ਦੇ, ਆ ਦੇਖੋ ਸਾਰਾ ਕੁਝ ਵਿੱਚ ਹੈਗਾ, ਚੀਜ਼ਾਂ ਡਾਈ ਕਰਾਈ ਗਈ ਸੀ ਸੈੱਟ। ਅੱਛਾ, ਮੈਂ ਦੇਖਿਆ ਨਹੀਂ। ਲੋ ਜੀ, ਭਾਬੀ ਨੇ ਵੀ ਲੈ ਲਿਆ ਸੂਟ, ਭਾਬੀ ਨੂੰ ਇਬਾਦਤ ਨੇ ਇੱਕ ਹੋਰ ਸੂਟ ਲੈ ਕੇ ਦਿੱਤਾ, ਬੜਾ ਘੈਂਟ। ਭਾਬੀ ਕਹਿੰਦੇ ਮੈਂ ਕਿਸੇ ਨੂੰ ਨਹੀਂ ਦਿਖਾਉਣਾ ਉਹ ਸੂਟ, ਦਿਖਾਉਣਾ ਹੀ ਨਹੀਂ ਸੂਟ ਉਹ, ਅਤੇ ਮੈਂ ਸਿਰਫ ਉਦੋਂ ਹੀ ਦਿਖਾਊਂਗੀ ਜਦੋਂ ਇਬਾਦਤ ਦੀ ਦੂਜੀ ਪਾਰਟੀ ਹੋਏਗੀ, ਕਿਉਂਕਿ ਆਪਾਂ ਇਬਾਦਤ ਦੀ ਇੱਕ ਪਾਰਟੀ ਨਹੀਂ ਕਰਨੀ, ਲੋਹੜੀ ਦੀ ਪਾਰਟੀ ਕਰਨੀ ਹੈ ਇੱਕ ਤਾਂ, ਇਹ ਤਾਂ ਹੋ ਗਈ। ਉਸ ਤੋਂ ਬਾਅਦ ਇਬਾਦਤ ਦੀ ਇੱਕ ਹੋਰ ਪਾਰਟੀ ਹੋਏਗੀ, ਉਹ ਮੋਹਾਲੀ ਦੇ ਵਿੱਚ ਹੋਏਗੀ, ਆਪਾਂ ਮੋਹਾਲੀ 'ਚ ਕਰਾਂਗੇ। ਭਾਬੀ ਕਹਿੰਦੀ ਮੈਂ ਉਹਦੇ ਵਾਸਤੇ ਵੀ ਸੂਟ, ਫਿਰ ਇਬਾਦਤ ਨੇ ਭਾਬੀ ਨੂੰ ਇੱਕ ਹੋਰ ਸੂਟ ਗਿਫਟ ਕੀਤਾ, ਬਹੁਤ ਪਿਆਰਾ ਸੂਟ। ਔਰ ਭਾਬੀ ਸਾਡੀ ਜਿੰਦ ਜਾਨ ਹੈ, ਤੁਸੀਂ ਬਹੁਤ ਕੱਲ੍ਹ ਦੇ ਵਲੋਗ ਵਿੱਚ ਇਬਾਦਤ ਦੀ ਤਾਈ ਜੀ ਦੀ ਬਹੁਤ ਪ੍ਰੇਜ਼ ਕੀਤੀ ਕਿ ਕੰਮ ਕਰਦੇ ਨੇ, ਸੱਚੀ ਮੇਰੀ ਭਾਬੀ ਬਹੁਤ ਵਧੀਆ, ਬਹੁਤ ਨਾਈਸ ਅਤੇ ਵਧੀਆ ਕੰਮ ਕਰਦੇ ਨੇ। ਅਤੇ ਕਿਰਨ ਗਏ ਨੇ ਇਸ ਸ਼ੋਪ ਦੇ ਅੰਦਰ ਜੁੱਤੀਆਂ ਜਾਤੀਆਂ ਦੇਖਣ, ਸੂਟਾਂ ਦੇ ਨਾਲ ਕੁਛ ਪਾਉਣ ਵਾਸਤੇ, ਅਤੇ ਉਹ ਦੇਖਦੇ ਹਾਂ ਆਪਾਂ ਫਿਲਹਾਲ।
ਭਾਬੀ ਫਿਰ ਭਾਬੀ ਬਲਸ਼ ਕਰਦੀ ਖੁਸ਼ ਹੋ ਘੈਂਟ ਸੀ ਸੂਟ ਪਰਮਾਤਮਾ ਇਹ ਜੀ ਪਰਜਾਈ ਸਭ ਨੂੰ ਦੇਵੇ ਭਾਬੀ ਨੂੰ। ਵੈਸੇ ਭਾਬੀ ਨੇ ਮੇਰੇ ਨਾਲ ਦੋ ਰਿਸ਼ਤੇ ਅਦਾ ਕੀਤੇ ਹੋਏ ਨੇ, ਇੱਕ ਭੈਣ ਦਾ ਤੇ ਇੱਕ ਮਾਂ ਦਾ, ਯਾਦ ਏ ਹੈਨਾ। ਕਈ ਜਣੇ ਕਹਿਣਗੇ ਕਿਉਂ, ਦੇਖੋ ਭਾਬੀ ਭੈਣ ਸਮਾਨ ਮਾਂ ਸਮਾਨ ਬੜੇ ਰਿਸ਼ਤੇ ਹੁੰਦੇ ਨੇ ਭਾਬੀ ਦੇ ਨਾਲ। ਭਾਬੀ ਮੈਨੂੰ ਰੱਖੜੀ ਵੀ ਬੰਨਦੇ ਨੇ, ਕੋਈ ਜੋ ਮਰਜ਼ੀ ਸੋਚੇ ਮੈਨੂੰ ਕੋਈ ਫਰਕ ਨਹੀਂ, ਭਾਬੀ ਮੇਰੇ ਰੱਖੜੀ ਬੰਨਦੇ ਨੇ ਤੇ ਮਾਂ ਦਾ ਵੀ ਅਰਜ ਵੱਡੀ ਜਿਵੇਂ ਕਹਿੰਦੇ ਨੇ ਭਾਬੀ ਤੇ ਮਾਂ ਸਮਾਨ ਹੁੰਦੀ ਹੈ। ਸੋ ਭਾਬੀ ਲਈ ਸਭ ਕੁਛ, ਜੋ ਮੇਰੀ ਮੰਮੀ ਨੇ ਉਹ ਵੀ ਮੇਰੇ ਲਈ ਭਾਬੀ ਹੈ। ਸੋ ਮੇਰੀ ਭਾਬੀ ਵਾਕਈ ਬਹੁਤ ਚੰਗੀ ਹੈ, ਤੁਸੀਂ ਕੱਲ੍ਹ ਦੇ ਵੀ ਲੋਕੇ, ਤੁਸੀਂ ਬੜੇ ਪਿਆਰੇ ਪਿਆਰੇ ਕਮੈਂਟ ਕੀਤੇ ਸਾਨੂੰ, ਦੋਨਾਂ ਨੂੰ ਬਹੁਤ ਖੁਸ਼ੀ ਹੋਈ ਪੜ੍ਹ ਕੇ। ਬਾਕੀ ਕੁਛ ਹੋਰ ਵੀ ਗਿਫਟ ਦਿੱਤੇ ਨੇ, ਜਰੂਰੀ ਨੀ ਅਸੀਂ ਹਰ ਇੱਕ ਚੀਜ਼ ਦਿਖਾਵਾ ਨਹੀਂ ਕਰਦੇ ਹੈਗੇ ਹਨਾ, ਕੁਛ ਕੁ ਚੀਜ਼ਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਆ ਤੇ ਬਾਕੀ ਸਾਡਾ ਆਪਸ ਬਹੁਤ ਪਿਆਰ ਆ, ਇੰਗਲੈਂਡ ਮੇਰੀ ਭਾਬੀ ਨੇ ਤੇ ਮੇਰੀ ਦੀਦੀ ਨੇ ਮੈਨੂੰ ਰੱਖੜੀ ਬੰਨੀ ਸੀ ਤੇ ਮੈਂ ਇਹਨਾਂ ਨੂੰ ਉਹ ਰੀਲ ਜੀ ਬਣਾਈ ਸੀ, ਇੱਕ ਰੀਲ ਦੇ ਵਿੱਚ ਕੁਛ ਵੀ ਮੈਂ ਇਹਨਾਂ ਨੂੰ ਮੇਰੇ 1000 ਰੁਪਏ ਪਕੜਾਇਆ ਸੀ ਤੇ ਬੜੇ ਤੁਸੀਂ ਅਜੀਬ ਜੇ ਕਈ ਲੋਕਾਂ ਨੇ ਉਹ ਸ਼ੋਟ ਦੇ ਵਿੱਚ ਵੀ ਲੈ ਵੀ ਤੁਸੀਂ ਇਹ ਕਰਦੇ ਹੋ ਉਹਨਾਂ ਕਰਦੇ ਹੋ, 500 ਦੇ ਰਹੇ ਹੋ, 1000 ਦੇ ਰਹੇ ਹੋ। ਉਸ ਟਾਈਮ ਭਾਬੀ ਦੱਸਣਗੇ ਭਾਬੀ ਉਹਨਾਂ ਨੂੰ ਕੀ ਮਿਲਿਆ ਸੀ, ਦੱਸੋ ਭਾਬੀ। ਫੋਨ ਮਿਲੇ ਸੀਗੇ ਦੀਦੀ ਨੂੰ ਤੇ ਭਾਬੀ ਦੋਨਾਂ ਨੂੰ iPhone 13 ਮਿਲਿਆ ਸੀ ਉਸ ਟਾਈਮ ਤੇ ਰੱਖੜੀ ਵਾਲੇ ਦਿਨ, iPhone 13 ਤੇ ਦੀਦੀ ਨੂੰ ਵੀ। ਕਈ ਵਾਰੀ ਕੀ ਹੁੰਦਾ ਉਹ ਚੀਜ਼ਾਂ ਕਈ ਵਾਰ ਦਿਖਾਉਣੀਆਂ ਜ਼ਰੂਰੀ ਨਹੀਂ ਹੁੰਦੀਆਂ, ਅਸੀਂ ਅੱਛਾ ਨਹੀਂ ਸਮਝਦੇ ਵੀ। ਹੁਣ ਵੀ ਕੁਛ ਐਸੇ ਗਿਫਟ ਨੇ ਜੋ ਕਿ ਬਹੁਤ ਪਿਆਰੇ ਗਿਫਟ ਨੇ, ਅਸੀਂ ਨਹੀਂ ਦਿਖਾਉਣਾ ਚਾਹੁੰਦੇ। ਕਈ ਵਾਰ ਸਾਡੀ ਆਪਣੀ ਵੈਸੇ ਖੁਸ਼ੀ ਹੈ, ਨਹੀਂ ਦਿਖਾਉਣਾ ਚਾਹੁੰਦੇ, ਹਵਾ ਉਹਨੂੰ ਲੱਗਦਾ ਵੀ ਹਵਾ ਬਾਜੀ ਹੈ, ਠੀਕ ਹੈ। ਹਾਂ ਕਈ ਵਾਰ ਪਾਏ ਦਿਖ ਜਾਣ ਤੁਹਾਨੂੰ, ਉਹ ਗੱਲ ਵੱਖਰੀ ਹੈ, ਠੀਕ ਹੈ ਉਹ ਗਿਫਟ। ਚਲੋ ਲੈਟ ਸੀ, ਹੁਣ ਸਮੋਸੇ ਲੈ ਲਈਏ ਆਹੋ। ਤੇ ਉਸ ਦਿਨ ਭਾਬੀ ਸਹੀ ਗੱਲ ਕਿਰਨ ਦੀ ਗੱਲ ਤਾਂ ਨਹੀਂ ਆਏ ਸੀ ਨਾਲ, ਕਿਉਂਕਿ ਭਾਬੀ ਨੂੰ ਫਿਰ ਬੱਚਿਆਂ ਨਾਲ ਪਿੱਛੇ ਰਹਿਣਾ ਪਿਆ ਸੀ। ਹੁਣ ਦੀਦੀ ਨੇ ਘਰੇ, ਸੋ ਦੀਦੀ ਬੱਚਿਆਂ ਨੂੰ ਸਾਂਭ ਰਹੇ ਨੇ, ਮੰਮੀ ਤੇ ਪਾਪਾ ਗਏ ਹੋਏ ਨੇ ਰਾਜਪੁਰੇ, ਕੋਈ ਰਾਸ਼ਨ ਵਗੈਰਾ ਜੋ ਵੀ ਉਸ ਦਿਨ ਸੁਖਮਨੀ ਸਾਹਿਬ ਦਾ ਪਾਠ ਹੋਣਾ, ਜੋ ਵੀ ਰਸਦ ਲੱਗਣੀ ਹੈ, ਜੋ ਵੀ ਖਾਣ ਪੀਣ ਨੂੰ ਸਮਾਨ ਆਉਣਾ ਤੇ ਉਹਦੇ ਵਾਸਤੇ ਰਾਸ਼ਨ ਪਾਣੀ ਜੋ ਹਲਵਾਈ ਨੇ ਲਿਖਾਇਆ ਉਹ ਲੈਣ ਗਏ ਹੋਏ ਨੇ। ਵੀਰ ਆਪਣੇ ਕੰਮ ਕਰਵਾ ਰਹੇ, ਸਫਾਈ ਸਫੂਈ। ਕੱਲ ਨੂੰ ਬੜੀ ਚੋੜ ਚੋੜ ਦੇ ਵਿੱਚ ਇਹ ਸਾਰੇ ਮਿਹਨਤ ਕਰ ਰਹੇ ਨੇ, ਇੱਟਾਂ ਚੱਕ ਰਹੇ ਨੇ ਐਨ ਪੂਰੀ ਪੂਰੀ ਲਗਨ ਦੇ ਨਾਲ। ਸ਼ਾਮ ਨੂੰ ਸਾਰੇ ਆਕੜ ਗਏ ਕਰਨ, ਮੰਮੀ ਭਾਬੀ ਵੀਰਾ ਸਭ ਆਕੜੇ ਪਿਉਣ ਹਨਾ, ਤੇ ਫਿਰ ਅੱਜ ਇਹਨਾਂ ਨੇ ਲੇਬਰ ਲਾ ਲਈ ਵੀ ਲੇਬਰ ਤੋਂ ਬਗੈਰ ਕੰਮ ਨਹੀਂ ਸਰਨਾ। ਐਵੇਂ ਲੱਗਦਾ ਸੀ ਵੀ ਥੋੜ੍ਹਾ ਕੰਮ ਹੈ ਪਰ ਥੋੜ੍ਹਾ ਨਹੀਂ ਸੀ, ਬਹੁਤ ਜ਼ਿਆਦਾ ਕੰਮ ਸੀ। ਸੋ ਹਾਂ ਇੱਧਰ ਆ ਗਿਆ ਤੇ ਅੱਜ ਲੇਬਰ ਲਾ ਲਈ, ਵੀਰਾ ਲੇਬਰ ਦੇ ਨਾਲ ਲੱਗਾ, ਪਾਪਾ ਦੇ ਮੰਮੀ ਉੱਧਰ ਗਏ ਨੇ ਤੇ ਦੀਦੀ ਸਾਂਭ ਰਹੇ ਨੇ ਬੱਚਿਆਂ ਨੂੰ ਤੇ ਅਸੀਂ ਚੱਲੀਏ ਫਿਰ ਪਟਿਆਲੇ ਤੋਂ ਪਿੰਡ ਨੂੰ। ਕਿੰਨੇ ਕਿੰਨੇ ਸਮੋਸੇ ਖਾਓਗੇ ਕਿਰਨ? ਕਿੰਨੇ? ਇੱਕੋ ਭਾਬੀ ਤੁਸੀਂ ਤੇ ਕਰਦੇ ਵਾਸਤੇ ਇੱਕ ਇੱਕ ਲਵਾਂ ਕਿ ਦੋ ਲਵਾਂ? ਲੈ ਆਉਣਾ ਭਾਈ, ਚਲ ਵੀ ਸਮੋਸੇ ਲੈ ਲੈ ਜਾਣੇ ਆ ਪਹਿਲਾਂ, ਪਤਾ ਨਹੀਂ ਕਿਹੜੀ ਸਵੀਟਸ ਹੈ। ਚਲੋ ਜੀ, ਲਓ ਜੀ ਆਹ ਸਾਡੀ ਗੁੜੀਆ ਦਾ ਬੈਗ, ਇਹ ਦੀਦੀ ਦਾ ਬੈਗ, ਉਹ ਭਾਬੀ ਦਾ ਬੈਗ, ਨਹੀਂ ਭਾਬੀ ਦਾ ਤਾਂ ਸੱਚ ਹਲੇ ਦਿੱਤਾ ਬਣਨ ਨੂੰ,
ਇਹਦੇ ਚ ਮੰਮੀ ਦਾ ਤੇ ਕਿਰਨ ਦਾ ਸੂਟ ਜਿਹੜੇ ਰੈਡੀ ਹੋ ਗਏ ਨੇ ਉਹ ਨੇ ਬਿਲਕੁਲ ਬਾਬਾ ਦੋ ਲਫਾਫੇ ਸੀ ਮੈਨੂੰ ਲੱਗਦਾ ਏ ਇੱਕੋ ਚ ਸਾਰੇ ਸੂਟ ਥੋੜੀ ਹੋਣਗੇ ਮੈਨੂੰ ਲੱਗਦਾ ਫਿਰ ਰਹਿ ਗਏ ਨੇ ਕੋਈ ਹੈ ਭਾਬੀ ਤੁਸੀਂ ਕੋਈ ਲਫਾਫਾ ਚੱਕ ਕੇ ਲਿਆਂਦਾ ਹੈ ਹਾਂਜੀ ਭਾਬੀ ਕੋਲੇ ਫਿਰ ਠੀਕ ਬਚ ਗਿਆ ਕਿਰਨ ਕਹਿੰਦੀ ਰਹਿ ਗਏ ਸੂਟ ਫਿਰ ਆਪਣੇ ਹਾਂ ਹੈਗੇ ਨੇ ਉਹਦੇ ਚ ਕਿਉਂਕਿ ਤੁਹਾਡਾ ਉਹ ਵੈਲਵਟ ਵਾਲਾ ਤਾਂ ਹੈ ਨਹੀਂ ਨਾ ਇਹਦੇ ਚ ਇਹਦੇ ਚ ਲਓ ਜੀ ਹਾਂਜੀ ਭਾਬੀ ਫਿਰ ਕੈਸਾ ਸੂਟ ਪਸੰਦ ਕੀਆ ਕਦੋਂ ਮਿਲੇਗਾ ਤੁਹਾਡਾ ਸੂਟ ਮੇਰਾ ਸੂਟ ਟਾਈਮ ਲੱਗੇਗਾ ਚਲੋ ਬਣ ਕੇ ਰੈਡੀ ਤਾਂ ਹੋ ਗਿਆ ਡਿਜ਼ਾਈਨ ਬੜਾ ਸੋਹਣਾ ਸੀ ਭਾਬੀ ਦੇ ਸੂਟ ਦਾ ਫਟੇ ਚੱਕ ਤੇ ਨਾ ਦਿਖਾਉਣਾ ਨਹੀਂ ਹਲੇ ਕਿਰਨ ਕਹਿੰਦੇ ਮੇਰੇ ਸੂਟ ਨਾ ਦਿਖਾਇਓ ਮੈਂ ਉਹਦੇ ਦਿਖਾਵਾਂਗੇ ਜਦੋਂ ਪਾਏ ਹੋਣਗੇ ਸਹੀ ਗੱਲ ਹੈ ਮੰਮੀ ਰਾਂ ਦੇ ਵੀ ਚਲੋ ਜੀ ਹੁਣ ਕੁਛ ਖਾ ਲਈਏ ਚਾਹ ਚੂਹ ਪੀ ਲਈਏ ਮਾੜੀ ਗੱਲ ਨਾ ਅਸੀਂ ਬਾਹਰੋਂ ਆ ਕੇ ਹੋਰਨ ਮਾਰਦੇ ਰਹੇ ਤੇ ਇਹਨਾਂ ਨੇ ਦਰਵਾਜ਼ੇ ਵੀ ਨਹੀਂ ਖੋਲ੍ਹੇ ਤੁਹਾਨੂੰ ਪਤਾ ਜੀ ਕਿੱਥੇ ਹੋ ਸੁੱਤੇ ਹੋ ਤੁਸੀਂ ਘੋੜੇ ਵੇਚ ਕੇ ਅਸੀਂ ਪਤਾ ਕਿੰਨੀਆਂ ਹੋਰਨ ਮਾਰੇ ਨੇ ਦਰਵਾਜ਼ਾ ਮਾਰੀਆਂ ਨੇ ਚਲੋ ਉੱਠ ਕੇ ਆਓ ਫਿਰ ਚਾਹ ਪੀਣੀ ਆ ਜਾਓ ਕੋਈ ਨੀ ਚਾਹ ਪੀ ਕੇ ਠੀਕ ਹੋ ਜਾਏਗੀ ਅੱਜ ਬੱਚਿਆਂ ਤੋਂ ਪਖਵਾ ਉਹ ਗਰਮ ਗਰਮ ਸਮੋਸੇ ਨੇ ਗਰਮ ਗੁਰਮ ਨੀ ਹੋਣੇ ਫਿਰ ਹੁਣੀ ਖਾਓ ਸਮੋਸੇ ਹਾਂ ਬਈ ਕਿਵੇਂ ਸੁੱਤਾ ਰਹੀ ਚਲੋ ਠੀਕ ਹੈ ਫਿਰ ਆ ਜਾਓ ਅਬੇ ਆਪਾਂ ਖਾਈਏ ਨੀ ਖਾਂਦੇ ਆਪਾਂ ਤਾਂ ਕਹਿੰਦੇ ਆਪਾਂ ਖਾਣਾ ਨੀ ਸਮੋਸਾ ਹੈ ਨਹੀਂ ਆਰ ਕੇ ਸਵੀਟਸ ਮਲੋਤਰਾ ਦੇ ਯਾਰ ਉਸ ਦਿਨ ਖਾਧੇ ਸੀ ਸਵਾਦ ਨਹੀਂ ਲੱਗੇ ਇਹ ਸਵਾਦ ਨਹੀਂ ਗੇ ਸੋਸ ਨਹੀਂ ਗੀ ਮਲੋਤਰਾ ਵਾਲੀ ਪਰ ਸਮੋਸਾ ਤਾਂ ਵਧੀਆ ਇਹਨਾਂ ਦਾ ਉਹਦਾ ਸਮੋਸਾ ਨਹੀਂ ਵਧੀਆ ਲੱਗਿਆ ਯਾਰ ਉਸ ਦਿਨ ਆਹ ਠੀਕ ਹੈ ਸਮੋਸਾ ਖਾਧਾ ਉਸ ਦਿਨ ਵੀ ਤਾਂ ਗਿਆ ਭੀੜ ਪਤਾ ਕਿੰਨੀ ਭੀੜ ਹੈ ਭਾਬੀ ਕੀ ਕਹਿ ਰਹੇ ਦੇਖੋ ਮੁਰਗੀ ਜਾਣ ਤੋਂ ਕੀ ਖਾਣਾ ਦੇਣ ਸਵਾਦ ਨਹੀਂ ਆਇਆ ਕਹਿੰਦੇ ਨਾਲੇ ਲੱਛੀ ਦੁੱਧ ਪੀ ਕੇ ਨੇ ਭਲ ਨਾਲੇ ਭੰਨ ਗਏ ਗਲਾਸ ਬਗਾਨਾ ਕਹਿੰਦਾ ਮੈਨੂੰ ਸਵਾਦ ਨਹੀਂ ਲੱਗੇ ਤੁਸੀਂ ਭੀੜ ਵਿੱਚ ਜਾਣ ਦੇ ਮਾਰੇ ਮਲੋਤਰਾ ਦੇ ਨਹੀਂ ਗਏ ਮੈਂ ਕਿਹਾ ਮਲੋਤਰਾ ਦੇ ਸਾਨੂੰ ਸਵਾਦ ਨਹੀਂ ਲੱਗੇ ਸੀ ਉਸ ਦਿਨ ਤੇਰੇ ਇੱਕ ਬੰਦੇ ਵਾਸਤੇ ਥੋੜੀ ਅਸੀਂ ਮਲੋਤਰਾ ਜਾਂਦੇ ਹੋਰ ਮਿੱਠੀ ਸੋਸ ਨੀਰੀ ਹਾਂ ਸੋਸ ਪਤਾ ਕਿੰਨੀ ਵਧੀਆ ਉੱਧਰੋਂ ਹੀ ਆਇਆ ਸੀ ਮਲੋਤਰਾ ਬੱਲੀ ਦੁਕਾਨ 'ਚੋਂ ਇਬਾਦਤ ਦੱਸ ਗਿਆ ਤਾਓ ਜੀ ਸਾਰਿਆਂ ਨੇ ਲਿੱਤੇ ਨੇ ਕੱਪੜੇ ਮੈਂ ਵੀ ਨਵੀਂ ਟੋਪੀ ਲੈ ਕੇ ਆਈ ਹਾਂ ਅਤੇ ਕੰਬਲੀ ਲੈ ਕੇ ਆਈ ਹਾਂ ਅਤੇ ਡਰੈਸ ਲੈ ਕੇ ਆਈ ਹਾਂ ਮੈਂ ਘੱਟ ਥੋੜ੍ਹੀ ਹਾਂ ਕਿਸੇ ਤੋਂ ਮੰਮੀ ਲੈਣਗੇ ਸੂਟ ਦਾਦੀ ਭੂਆ ਸਾਰੇ ਲੈਣਗੇ ਮੈਂ ਕਿਉਂ ਪਿੱਛੇ ਰਹਿ ਜਾ ਉਹ ਮੇਰੀ ਕੁੜੀ ਦੀ ਟੋਪੀ ਤਾਂ ਦਿਖਾ ਦਿਓ ਕਿਰਨ ਦੀ ਚਾਹ ਚ ਮੱਖੀ ਗਿਰ ਗਈ ਸੀ ਦੁੱਧ ਚ ਛਾਣ ਕੇ ਦੇ ਦੋ ਵੀਰਾ ਕਹਿੰਦਾ ਵੀਰਾ ਤਾਂ ਫਿਰ ਜਗਾੜੀ ਹੈ ਭਾਬੀ ਸਾਡੀ ਨੀ ਕਰਦੀ ਇਹੋ ਜਿਹੇ ਕੰਮ ਮੈਂ ਭਾਵੇਂ ਕਰ ਦਿੰਦਾ ਪਿੰਨੀ ਪਿੰਨੀ ਦੇਓ ਭਾਬੀ ਚਾਹ ਹੈਗੀ ਤਾਂ ਥੋੜੀ ਜਿਹੀ ਮੈਨੂੰ ਵੀ ਦੇ ਦਿਓ ਜਦੋਂ ਤੱਕ ਨਾ ਹਾਂ ਜਦੋਂ ਤੱਕ ਅਲਸੀ ਵਾਲੀਆਂ ਪਿੰਨੀਆਂ ਸੀ ਨਾ ਆ ਦੂਜੀ ਪਿੰਨੀਆਂ ਨੂੰ ਕੋਈ ਹੱਥ ਨਹੀਂ ਰਹਿੰਦੋ ਫਿਰ ਨਾ ਫਿਰ ਰਹਿੰਦੋ ਮੰਮੀ ਹੋਰੀ ਆਣਗੇ ਉਦੋਂ ਪੀ ਲਾਂਗਾ ਥੋੜੀ ਜਿਹੀ ਹੈਨਾ ਕਿਵੇਂ ਮੈਂ ਜਦੋਂ ਤੱਕ ਅਲਸੀ ਵਾਲੀ ਪਿੰਨੀਆਂ ਸੀ ਉਹਨੂੰ ਕੋਈ ਹੱਥ ਨਹੀਂ ਲਾਉਂਦਾ ਸੀਗਾ ਸਹੀ ਗੱਲ ਆ ਮੈਂ ਮੰਮੀ ਨੇ ਕਿਹਾ ਮੈਂ ਜਦੋਂ ਅਲਸੀ ਵਾਲੀ ਖਤਮ ਹੋ ਗਈ ਨਾ ਇਹ ਸਾਰੇ ਫਿਰ ਹੀ ਖਾਣ ਲੱਗ ਜਾਣਗੇ ਨਹੀਂ ਇਹ ਵੀ ਟੇਸਟੀ ਨੇ ਪਹਿਲਾਂ ਨਹੀਂ ਲੱਗਾ ਅਲਸੀ ਵਾਲੀ ਦੀ ਸਾਹਮਣੇ ਨਹੀਂ ਲੱਗ ਰਹੀ ਇਹ ਟੇਸਟੀ ਗੋੜ ਔਰ ਗੋੜੀ ਨਾ ਇਹ ਕਿਹੜੀਆਂ ਨੇ ਗੋੜ ਪਾਇਆ ਸੀ ਛੋਲਿਆਂ ਦੀਆਂ ਛੋਲਿਆਂ ਦੀਆਂ ਔਰ ਪਰਮ ਸਮੋਚਾ ਖਾ ਲਿਆ ਤੁਸੀਂ ਖਾ ਲਿਆ ਕਮ ਜੀ ਵੰਸ਼ਪ੍ਰੀਤ ਜੀ ਖਾ ਰਹੇ ਨੇ ਮੰਮੀ ਕੋਲ ਆ ਰਹੀ ਹੈ ਆਪ ਨਹੀਂ ਖਾ ਸਕਤੇ ਤੋ ਆਪੇ ਖਾ ਕਰਕੇ ਨਹੀਂ ਨਹੀਂ ਰਹਿਣ ਦੇ ਠੀਕ ਹੈ ਮੰਮੀ ਨੂੰ ਆਪੇ ਨਹੀਂ ਖਾਣਾ ਨਹੀਂ ਨਹੀਂ ਕਿੱਦਾਂ ਹੋਵੇ ਕਿੱਦਾਂ ਨਹੀਂ 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 ਮੈਨੂੰ ਪਤਾ ਨਹੀਂ ਮੈਨੂੰ ਨਹੀਂ ਆਉਂਦਾ
ਲੋ ਜੀ, ਅੱਜ ਪੂਰਾ ਸਵਾ ਮਹੀਨਾ ਹੋ ਗਿਆ ਜੀ ਸਾਡੀ ਇਬਾਦਤ ਨੂੰ। ਕਿਰਨ ਕਹਿੰਦੇ ਸ਼ੁਕਰ ਹੈ ਵੀ ਮੇਰਾ ਵੀ ਸਵਾ ਮਹੀਨਾ ਕੰਪਲੀਟ ਹੋਇਆ। ਲਓ ਜੀ, ਖਰਮ ਸਵਾ ਮਹੀਨੇ ਵਾਲਾ ਜਿਹੜਾ ਸਿਸਟਮ ਸੀ, ਲੇਕਿਨ ਫਿਰ ਵੀ ਠੰਡ ਹਾਲੇ ਹੈਗੀ ਹੈ, ਬਚਾਅ ਤਾਂ ਪੂਰਾ ਰਹੇਗਾ। ਲੁੱਕ ਕੇ ਬੈਠਣਾ ਪਏਗਾ ਇਬਾਦਤ ਨੂੰ। ਆਪਣੀ ਭੂਆ ਕੋਲ ਬੈਠੀ ਹੋਈ ਹੈ, ਨਾਲ ਭੂਆ ਨੂੰ ਮਟਰ ਛਿੱਲਣ ਲਾ ਦੇਣਾ, ਅਤੇ ਭੂਆ ਫਿਰ ਮਟਰ ਛਿੱਲੂ ਅਤੇ ਫਿਰ ਸਬਜ਼ੀ ਖਾਵਾਂਗੇ ਅਸੀਂ, ਆਲੂ ਮਟਰ ਅਤੇ ਮਸ਼ਰੂਮ ਦੀ। ਆਈ ਗਣੀ ਨਾ ਆਲੂ ਹੀ ਆਲੂ ਖਾਈ ਯਾਰ ਕਈ ਚਿਰ ਦੇ। ਕੱਲ੍ਹ ਵੀ ਗੋਭੀ ਖਾਧੀ ਆ, ਉਹਦੇ ਜੀ ਆਲੂ ਸੀ, ਠੀਕ ਹੈ। ਹੁਣ ਕਿਹੜੀ ਸਬਜ਼ੀ ਬਣਾਉਣੀ ਹੈ? ਮਸ਼ਰੂਮ ਮਟਰ ਕੇ ਆਲੂ ਵੀ ਬਣੇ ਵਿੱਚ? ਬਸ ਮਸ਼ਰੂਮ ਪਾਇਓ, ਮਟਰ ਮਸ਼ਰੂਮ। ਮੰਮੀ ਹੁਣੀ ਆਉਣ ਵਾਲੇ ਨੇ, ਰਾਸ਼ਨ ਪਾਣੀ ਦਾ ਹੋ ਗਿਆ। ਕੱਲ੍ਹ 11 ਤਰੀਕ ਹੈ, 12 ਦੋ ਦਿਨ ਦਾ ਟਾਈਮ ਹੈ। ਹੁਣ ਟੈਂਟ ਵਾਲਾ ਵੀ ਬੁੱਕ ਹੋ ਚੁੱਕਾ ਹੈ, ਬਸ ਕਰੋਕਰੀ ਉਹਦੀ ਜਾ ਕੇ ਚੈੱਕ ਕਰਨੀ ਹੈ ਵੀ ਪੁਰਾਣੀ ਨਾ ਦੇ ਦੇਵੇ, ਨਵੀਂ ਹੋਵੇ ਜੋ ਵੀ ਹੁੰਦੀ ਹੈ। ਟੈਂਟ ਲੱਗ ਜੂਗਾ ਅਤੇ ਪਰਸੋਂ ਫਿਰ ਬਹੁਤ ਕੰਮ ਹੋਣਾ, ਕਿਉਂਕਿ 13 ਤਰੀਕ ਨੂੰ ਸੈਲੀਬ੍ਰੇਸ਼ਨ ਹੈ ਜੀ। ਸੁਖਮਨੀ ਸਾਹਿਬ ਦਾ ਪਾਠ ਹੋਏਗਾ ਅਤੇ ਨਾਲ ਫਿਰ ਲੰਗਰ ਪਾਣੀ ਜੋ ਵੀ ਹੁੰਦਾ ਉਹ ਹੈਗਾ। ਅਤੇ ਹੁਣ ਸਾਰਿਆਂ ਦੀਆਂ ਸ਼ੋਪਿੰਗਾਂ ਡਨ ਹੋ ਚੁੱਕੀਆਂ ਨੇ। ਕਿਰਨ ਦੀ ਮੇਰੀ ਤਾਂ ਵੈਸੇ ਪੱਗ ਰਹਿੰਦੀ ਲੈਣ ਵਾਲੀ ਇੱਕ ਕਿਰਨ, ਜੇ ਕਿਰਨ ਨੇ ਪਹਿਲਾਂ ਕੁਛ ਹੋਰ ਸੂਟ ਸੋਚਿਆ ਸੀ, ਮੌਕੇ ਦੇ ਉੱਪਰ ਆ ਕੇ ਕਿਰਨ ਨੇ ਫਲਿੱਪ ਮਾਰ ਦਿੱਤੀ ਕਿ ਮੈਂ ਸੂਟ ਚੇਂਜ ਕਰਕੇ ਦੂਸਰਾ ਪਾਉਣਾ, ਅਤੇ ਉਹ ਦੂਸਰਾ ਸੂਟ ਫਿਰ ਕਿਰਨ ਨੇ ਮੌਕੇ ਦੇ ਮੌਕੇ ਬਣਵਾਇਆ, ਤਿਆਰ ਕੀਤਾ, ਰੈਡੀ ਹੋ ਚੁੱਕਾ। ਅਤੇ ਮੌਕੇ ਦੇ ਉੱਪਰ ਆ ਕੇ ਬਦਲ ਗਿਆ ਨਾ ਜਿਹੜਾ ਸਿਸਟਮ, ਉਹ ਮੈਨੂੰ ਅੱਛਾ ਨਹੀਂ ਲੱਗਿਆ, ਚਚਿਆ ਨਹੀਂ। ਤੁਸੀਂ ਬਦਲਾਇਆ, ਤੁਸੀਂ ਆਪ ਬਦਲਿਆ। ਮੈਂ ਤਾਂ ਵੈਸੇ ਚਲੋ ਮਜ਼ਾਕ ਆਪਣੀ ਥਾਂ 'ਤੇ, ਪਰ ਉਹ ਜਿਹੜਾ ਸੂਟ ਕਿਰਨ ਨੇ ਪਹਿਲਾਂ ਬਣਿਆ ਸੀ ਉਹ ਠੰਡ ਬਹੁਤ ਲੱਗਣੀ ਸੀ, ਉਹ ਠੰਡ ਬਹੁਤ ਹੈ ਉਹਦੇ 'ਚ। ਅਤੇ ਓਬਵੀਅਸਲੀ ਲੇਡੀਜ਼ ਨੂੰ ਇਹ ਹੁੰਦਾ ਕਿ ਸੂਟ ਸਾਡਾ ਦਿਖਣਾ ਚਾਹੀਦਾ, ਕੋਟੀਆਂ ਸਵੈਟਰਾਂ ਨਾਲ ਡਿਜ਼ਾਇਨ ਲੁੱਕ ਜਾਂਦੇ ਨੇ। ਫਿਰ ਹੁਣ ਕਿਰਨ ਜਿਹੜਾ ਸੂਟ ਹੈ, ਮੈਨੂੰ ਉਹਦੇ ਨਾਲ ਹੀ ਪੱਗ ਚੇਂਜ ਕਰਨੀ ਪੈ ਰਹੀ ਹੈ, ਉਹ ਪੱਗ ਲਿਆਉਣੀ ਪੈਣੀ ਕਿਉਂਕਿ ਉਹਦੇ ਨਾਲ ਹੀ ਮੇਰੇ ਕੋਲ ਪੱਗ ਹੈ ਨਹੀਂ ਜੀ। ਅਤੇ ਭਾਬੀ ਦਾ ਸੂਟ ਰੈਡੀ ਹੋ ਗਿਆ। ਭਾਬੀ ਦਾ ਸੱਚ ਕੀ ਕਹਿ ਰਿਹਾ ਸੀ ਟੇਲਰ ਨੂੰ ਵੀ ਨਹੀਂ ਹੋਇਆ ਨਾ ਰੈਡੀ ਕਿ ਹੋ ਗਿਆ? ਜਿਹੜਾ ਕੱਲ੍ਹ ਤੁਸੀਂ ਟੇਲਰ ਨੂੰ ਪੁੱਛਿਆ ਸੀ ਵੀ ਫੋਨ ਭਾਬੀ ਦਾ ਸੂਟ, ਹਾਂ ਉਹ ਕਹਿੰਦਾ ਨਹੀਂ, ਮੈਂ ਉਹ ਵੀ ਸਾਨੂੰ ਕੱਲ੍ਹ ਹੀ ਚਾਹੀਦਾ ਵਾ, ਦੇ ਦੇਗਾ ਕੱਲ੍ਹ। ਚਲੋ ਭਾਬੀ ਦਾ ਸੂਟ ਵੀ ਕੱਲ੍ਹ ਮਿਲ ਜਾਣਾ। ਦੀਦੀ ਆਪਣਾ ਸੂਟ ਉੱਥੋਂ ਹੀ ਜਲੰਧਰ ਤੋਂ ਹੀ ਲੈ ਕੇ ਸਵਾ ਕੇ ਰੈਡੀ ਕਰਕੇ ਆਏ ਨੇ, ਅਤੇ ਦੀਦੀ ਦਾ ਸੂਟ ਇੰਨਾ ਭਾਰੀ ਹੈ ਜਿਵੇਂ ਵਿੱਚ 2-3 ਕਿਲੋ ਦੀਆਂ ਇੱਟਾਂ ਬੰਨੀਆਂ ਹੁੰਦੀਆਂ ਨੇ, ਇੰਨਾ ਭਾਰੀ 2-3 ਇੱਟਾਂ ਇੱਕ ਪਾਸੇ ਤੋਲ ਲਓ ਤਾਂ ਭੈਣ ਦਾ ਮੇਰੀ ਦਾ ਸੂਟ ਇੱਕ ਪਾਸੇ ਤੋਲ ਲਓ ਇੱਕ ਬਰਾਬਰ ਵੀਰ ਜੀ, ਤੁਰਿਆ ਜਾਏਗਾ ਤੁਹਾਡੇ ਤੋਂ ਐਡਾ ਸੂਟ ਪਾ ਕੇ ਭਾਰੀ। ਆਪ ਸੀਤਾ ਹੈ? ਆਹ ਸੱਚ, ਅਸੀਂ ਭੁੱਲ ਗਏ ਸੀ, ਦੀਦੀ ਦਾ ਤਾਂ ਆਪ ਦਾ ਬੁਟੀਕ ਹੈਗਾ, ਕਮਾਲ ਹੀ ਕਰ ਦਿੱਤੀ ਦੀਦੀ ਨੇ ਸੂਟ ਸੀ ਕੇ। ਪਰ ਇੱਕ ਗੱਲ ਹੋਰ, ਅੱਜ ਨਾ ਇਬਾਦਤ ਵਾਸਤੇ ਇੱਕ ਝੂਲਾ ਦੇਖਿਆ ਦੀਦੀ, ਭਾਬੀ ਦੱਸੋ ਜਰਾ ਕਹਿਣ ਸੀ ਨਾ ਲਿਆਵਾਂਗੇ, ਹਲੇ ਹਲੇ ਝੂਲੇ ਵਾਲੀ ਨੀਗੀ ਨਾ ਇਹ, ਸਰਦੀ ਮਤਲਬ ਮਾਰਚ 'ਚ ਲਿਆਵਾਂਗੇ ਇਹਦਾ ਝੂਲਾ ਉਹ, ਕਿਉਂਕਿ ਫਿਰ ਜਦੋਂ ਇਸ ਕੰਬਲ ਕੋਟੀਆਂ ਦੀ ਲੋੜ ਬੰਦ ਹੋ ਜਾਏਗੀ ਨਾ ਫਿਰ ਲਵਾਂਗੇ ਉਹ ਝੂਲਾ। ਉਹ ਬੜਾ ਵਧੀਆ ਸੀ ਹੋਣਾ ਕਿਰਨ, ਆਪਣੇ ਆਪ ਝੂਲਦਾ ਸੀ ਦੀਦੀ ਐਵੇਂ ਇਲੈਕਟ੍ਰੋਨਿਕ, ਬੜਾ ਪੂਰਾ ਉੱਪਰ ਵੱਡਾ ਝੂਲਾ ਸੀ, ਜਚਿਆ ਬਹੁਤ। ਉਹ ਕੁਛ ਇਹਦੇ ਵਾਕਰ ਦੇਖੇ, ਕੁਛ ਇਹਨੂੰ ਉਹ ਜਿਹੜਾ ਕੀ ਕਹਿੰਦੇ ਨੇ ਕੈਰੀ ਕਰਨ ਵਾਲਾ, ਹਾਂ ਇੱਕ ਬੇਬੀ ਕੈਰੀਅਰ ਵੀ ਦੇਖਿਆ, ਕਿਉਂਕਿ ਜਦੋਂ ਵਾਕ ਕਿਤੇ ਜਾਣਾ ਆਪਾਂ ਟ੍ਰਿਪ ਟਰੁੱਪ 'ਤੇ ਬੇਬੀ ਕੈਰੀਅਰ ਬੰਨ ਕੇ ਲੱਕ ਨਾਲ, ਮੁੰਡੀ ਜੀ ਬਾਹਰ ਨਿਕਲ ਕੇ ਐਵੇਂ ਦੇਖਦੀ ਜਾਇਆ ਕਰੇ ਵੀ ਐਵੇਂ ਹੱਥ ਹੱਥ ਮਾਰ ਲਈ, ਹਾਂ ਪਰ ਉਹਨਾਂ ਨੂੰ ਉਹੀ ਸਿਸਟਮ ਬੇਬੀ ਕੈਰੀਅਰ ਬਣਾਉਂਦੇ ਨੇ, ਹਾਂ ਪਰ ਵਧੀਆ ਚੀਜ਼ ਹੈ। ਚਲੋ ਅਸੀਂ ਹੁਣ ਮਟਰ ਮੁਟਰ ਛਿਲਾ ਲਈ ਮੇਰੀ ਭਾਬੀ ਨਾਲ, ਫਿਰ ਮੇਰੀ ਭਾਬੀ ਵਿਚਾਰੀ ਇਕੱਲੀ ਮਟਰ ਛਿਲ ਰਹੀ ਹੈ, ਭੈਣ ਮੇਰੀ ਜਵਾਕ ਲੈ ਕੇ ਬੈਠੀ ਹੋਈ ਬਹਾਨਾ ਕਰਨ ਦੀ ਮਾਰੀ ਵੀ ਮਟਰ ਨਾ ਛਿਲਾਣੇ ਪੈ ਜਾਣ। ਕਿਰਨ ਵੀ ਆਪਣੇ ਗੱਲਾਂ 'ਚ ਮਸਤ, ਅਤੇ ਮੈਂ ਤਾਂ ਵਲੋਗ ਬਣਾ ਹੀ ਰਿਹਾ, ਹੁਣ ਮੈਂ ਕਾਕਾ ਫੜਾਂਗਾ ਵਲੋਗ ਬੰਦ ਕਰਾਂਗਾ ਅਤੇ ਇਹਨਾਂ ਦੋਨਾਂ ਤੋਂ ਮਟਰ ਛਿਲਵਾਉਣਾ। ਦਿਓ ਸਾਨੂੰ ਇਜਾਜ਼ਤ, ਮਿਲਦੇ ਆ ਤੁਹਾਨੂੰ ਕੱਲ੍ਹ, ਬਾਏ ਬਾਏ।